ਨਾਦ ਪ੍ਰਗਾਸ ਸੰਸਥਾ ਨਾਲ ਮੈਂ ਕਾਫੀ ਦੇਰ ਤੋਂ ਇੱਦਾਂ ਜੁੜਿਆ ਹੋਇਆ ਕਿ ਮੈਂ ਲਗਭਗ ਹਰੇਕ ਕਵੀ ਦਰਬਾਰ ਵਿੱਚ ਸ਼ਾਮਿਲ ਹੋਇਆ ਔਰ ਪ੍ਰੋਫੈਸਰ ਜਗਦੀਸ਼ ਸਿੰਘ ਹੋਣਾਂ ਨੂੰ ਮੈਂ ਬੋਲਦਿਆਂ ਵੀ ਸੁਣਿਆ। ਸੋ ਮੈਨੂੰ ਇੱਕ ਤਾਂ ਲੱਗਦਾ ਹੁੰਦਾ ਕਿ ਇਹਦੇ ਜਿਹੜੇ ਸਰੋਕਾਰ ਨੇ ਜਾਂ ਸਮਝ ਲਓ ਕਿ ਜਿਹਨਾਂ ਦਾ ਦਾਇਰਾ ਪਾਸਾਰ ਜਿਹੜਾ ਉਹ ਸਮੁੱਚੇ ਪੰਜਾਬੀ ਸਾਹਿਤ ਦਾ ਜੋ ਮਾਹੌਲ ਹੈ ਉਹਦੇ ਨਾਲੋਂ ਕਾਫੀ ਅਨੂਠਾ ਵੀ ਆ ਪਰ ਉਹਨੂੰ ਆਪਣੇ 'ਚ ਸ਼ਾਮਿਲ ਵੀ ਕਰਦਾ ਕਿ ਇੱਕ ਜਿਹੜੀ ਇਹਨਾਂ ਦੇ ਵਿੱਚ ਵਿਸ਼ਾਲਤਾ ਹੈਗੀ ਆ ਜਿਹੜੀ ਕਿ ਕਈ ਵਾਰ ਅਸੀਂ ਕਿਸੇ ਚੀਜ਼ ਦੇ ਅਸੀਂ ਇੱਕ ਵਾਰ 'ਚ ਰਲ ਜਾਂਦੇ ਹਾਂ ਤੋ ਜਿਵੇਂ ਜਾਣੀ ਗੁਰੂ ਨਾਨਕ ਜੀ ਦਾ ਵਾਕ ਹੈ ਕਿ ਖੋਜੀ ਉਪਜੈ ਵਾਧੀ ਬਿਨਸੇ। ਸੋ ਮੈਨੂੰ ਲੱਗਦਾ ਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਦੇ ਮਨਾਂ 'ਚ ਇੱਕ ਬੜੀ ਤਲਾਸ਼ ਵਾਲੇ ਲੋਕ ਨੇ ਔਰ ਵੱਖ ਵੱਖ ਸੋਮਿਆਂ ਤੋਂ ਗਿਆਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਆ ਔਰ ਸਿਰਫ ਪ੍ਰਾਪਤ ਨਹੀਂ ਕਰਨਾ ਚਾਹੁੰਦੇ ਉਸ ਗਿਆਨ ਨੂੰ ਪੰਜਾਬ ਨਾਲ ਆਪਣੇ ਆਪ ਨਾਲ ਜੋੜਨਾ ਚਾਹੁੰਦੇ ਆ। ਸੋ ਇਹ ਮੇਰਾ ਖਿਆਲ ਹੈ ਕਿ ਨਾਦ ਪ੍ਰਗਾਸ ਜਿਹੜਾ ਸਮੁੱਚੀ ਪੰਜਾਬੀ ਚੇਤਨਾ ਦੇ ਵਿੱਚ ਇੱਕ ਇੱਦਾਂ ਦਾ ਵਾਧਾ ਕਰੂਗਾ ਜਿਹਦੇ ਵਿੱਚ ਖਾਸ ਕਰਕੇ ਜੇ ਜਿਹੜਾ ਇਹਨਾਂ ਦਾ ਇੱਕ ਸੋਹਜ ਦਾ ਸੰਕਲਪ ਹੈ ਜਾਂ ਰੂਹਾਨੀਅਤ ਦਾ ਆਪਾਂ ਕਹਿੰਦੇ ਸੰਕਲਪ ਅਤੇ ਉਹ ਚੀਜ਼ਾਂ ਜਿਹੜੀਆਂ ਸਾਡੇ ਤੋਂ ਸਾਡੇ ਬਹੁਤ ਸਦੀਆਂ ਤੋਂ ਸਾਡੀ ਕਵਿਤਾ ਵਿੱਚ ਗੁਰਬਾਣੀ ਵਿੱਚ ਸੂਫੀ ਕਲਾਮ ਵਿੱਚ ਕਿੱਸਾ ਵਿੱਚ ਜੁੜੀਆਂ ਸੀ ਤਾਂ ਉਹ ਕੁਛ ਨਵੇਂ ਦੌਰ 'ਚ ਆ ਕੇ ਇੱਦਾਂ ਹੋਇਆ ਕਿ ਸਾਡੇ ਬਹੁਤ ਸਾਰੇ ਕਵੀ ਉਹਨਾਂ ਤੋਂ ਟੁੱਟ ਗਏ ਜਦਕਿ ਬਹੁਤ ਜ਼ਰੂਰੀ ਹੁੰਦੀ ਹੈ ਨਿਰੰਤਰਤਾ ਕਿ ਬਹੁਤ ਲੋਕ ਵੈਸਟ ਨੂੰ ਤਾਂ ਜਾਣਦੇ ਆ ਅਤੇ ਪਰ ਉਹ ਆਪਣੀ ਜਿਹੜੀ ਅਮੀਰੀ ਆ ਸਾਡੀ ਆਪਣੀ ਪਰੰਪਰਾ ਦੀ ਅਮੀਰੀ ਉਹਨੂੰ ਨਹੀਂ ਜਾਣਦੇ ਤੋ ਜਾਂ ਇਸ ਤਰ੍ਹਾਂ ਸਾਰੇ ਸੋਮਿਆਂ ਤੋਂ ਫਾਰਸੀ ਦੇ ਸੋਮਿਆਂ ਤੋਂ ਸੰਸਕ੍ਰਿਤ ਸੋਮਿਆਂ ਤੋਂ ਮਿਥਿਹਾਸ ਤੋਂ ਪੱਛਮ ਤੋਂ ਜਿਹੜੇ ਸਾਡੇ ਨਵੇਂ ਚਿੰਤਕ ਉਹਨਾਂ ਤੋਂ ਕਿ ਉਹ ਸਾਰਿਆਂ ਨੂੰ ਪੜ੍ਹਨਾ ਵੀ ਉੱਥੋਂ ਪ੍ਰਾਪਤ ਵੀ ਕਰਨਾ ਪਰ ਵੱਡੀ ਗੱਲ ਹੈ ਕਿ ਉਹ ਸਾਰੇ ਨੂੰ ਆਪਣੇ ਨਾਲ ਜੋੜ ਕੇ ਦੇਖਣਾ ਔਰ ਉਹਦੇ ਵਿਚਕਾਰ ਆਪਣੇ ਆਪ ਨੂੰ ਸਥਿਤ ਕਰਨਾ ਆਪਣੇ ਫਲਸਫੇ ਦਾ ਉਹਦੇ ਨਾਲ ਸੰਵਾਦ ਕਰਨਾ ਆਪਣੇ ਮਨਾਂ ਦੇ ਵਿੱਚ। ਸੋ ਇਹ ਮੈਨੂੰ ਬਹੁਤ ਵੱਡੀ ਗੱਲ ਲੱਗਦੀ ਔਰ ਇਹ ਜਿਹੜਾ ਸਾਹਿਤ ਉਤਸਵ ਕਰਵਾਉਂਦੇ ਆ ਜਾਂ ਕਵੀ ਦਰਬਾਰ ਕਰਵਾਉਂਦੇ ਆ ਕਵੀ ਦਰਬਾਰ ਵੀ ਬਹੁਤ ਬਾਕੀ ਕਵੀ ਦਰਬਾਰਾਂ ਦੇ ਮੁਕਾਬਲੇ 'ਤੇ ਵਿਲੱਖਣ ਹੁੰਦੇ ਆ ਜਿਵੇਂ ਅਸੀਂ ਯਾਨੀ ਡੋਗਰੀ ਦੇ ਕਵੀ ਪਹਾੜੀ ਦੇ ਕਵੀ ਇਹਨਾਂ ਕਵੀਆਂ ਨੂੰ ਵੀ ਇਹਦੇ ਵਿੱਚ ਸ਼ਾਮਿਲ ਕਰਨਾ ਔਰ ਸਾਰੇ ਰੰਗਾਂ ਦੇ ਕਵੀ ਸ਼ਾਮਿਲ ਕਰਨੇ। ਸੋ ਇਹ ਸਾਰੀਆਂ ਗੱਲਾਂ ਮੈਨੂੰ ਬੜੀਆਂ ਹਾਂ ਮੁਖੀ ਲੱਗਦੀ ਜੀ।